ਬਲਵਿੰਦਰ ਢੀਂਡਸਾ ਵੱਲੋਂ ਅਕਾਲੀ ਦਲ ਦੇ ਵਿਧਾਇਕ ਦਲ ਦੇ ਅਹੁਦੇ ਤੋਂ ਅਸਤੀਫਾ ਦੇਣ ਪਿੱਛੇ ਅਕਾਲੀ ਲੀਡਰਾਂ ਵੱਲੋਂ ਸੁਖਦੇਵ ਢੀਂਡਸਾ ਦਾ ਦਬਾਅ ਦੱਸਿਆ ਜਾ ਰਿਹਾ, ਜਿਸ ਤੇ ਅੱਜ ਬੋਲਦੇ ਹੋਏ ਢੀਂਡਸਾ ਨੇ ਕਿਹਾ ਕਿ ਉਹ 5 ਵਾਰ ਵਿਧਾਇਕ ਅਤੇ 2 ਵਾਰ ਮੰਤਰੀ ਰਹਿ ਚੁੱਕੇ ਨੇ, ਇਸ ਲਈ ਉਹ ਆਪਣਾ ਫੈਸਲਾ ਖੁਦ ਲੈ ਸਕਦੇ ਨੇ। ਇਸ ਲਈ ਉਹਨਾਂ ਨੇ ਕਿਸੇ ਦੇ ਦਬਾਅ ਵਿੱਚ ਆ ਕੇ ਨਹੀਂ ਸਗੋਂ ਆਪਣੇ ਪਿਤਾ ਦੇ ਸਿਧਾਂਤਾਂ ਤੇ ਚੱਲ ਕੇ ਅਸਤੀਫਾ ਦਿੱਤਾ ਹੈ। ਇਹ ਕੋਈ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ, ਜਿਵੇਂ ਤੁਸੀਂ ਸਟੇਟਮੈਂਟ ਵੀ ਸੁਣੀ ਹੈ ਵੀ ਦਬਾਅ ਸੀ, ਪ੍ਰੈਸ਼ਰ ਸੀ। ਮੈਂ 5 ਵਾਰ MLA ਰਹਿ ਚੁੱਕੇ ਹਾਂ, ਮੰਤਰੀ ਰਹਿ ਚੁੱਕੇ ਹਾਂ, ਅਤੇ ਮੈਂ ਖੁਦ ਆਪਦਾ ਫੈਸਲਾ ਲੈਣ ਦੀ ਜਿਹੜੀ ਹੈ ਮੇਰੇ ਕੋਲ ਅਧਿਕਾਰ ਹੈ। ਹਾਂ, ਇਹ ਜ਼ਰੂਰ ਹੈ ਵੀ ਹਰ ਗੱਲ 'ਤੇ ਵਿਚਾਰ ਚਰਚਾ ਜ਼ਰੂਰ ਕੀਤੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੈ ਮੈਂ ਇਹ ਫੈਸਲਾ ਲਿਆ। ਅਤੇ ਜੋ ਵੀ ਢੀਂਡਸਾ ਸਾਹਿਬ ਨੇ ਸਿਧਾਂਤਕ ਸਟੈਂਡ ਲਿਆ ਵੀ ਪਾਰਟੀ ਨੂੰ ਜੋ ਪੁਰਾਣੀਆਂ ਪਰੰਪਰਾਵਾਂ ਨੇ, ਜੋ ਸਿਧਾਂਤਕ ਲੀਹਾਂ ਨੇ ਉਹ 'ਤੇ ਤੋਰਨ ਦਾ ਉਹਨਾਂ ਨੇ ਤੁਹੀਆ ਚੱਕਿਆ, ਮੈਂ ਉਹਦੇ ਵਿੱਚ ਉਹਨਾਂ ਦੇ ਨਾਲ ਪੂਰਾ ਡਟ ਕੇ ਖੜ੍ਹਾ। ਅਤੇ ਪਾਰਟੀ ਦੀ ਮਜ਼ਬੂਤੀ ਲਈ, ਪਾਰਟੀ ਦੀ ਚੜ੍ਹਦੀ ਕਲਾ ਲਈ ਜੋ ਵੀ ਕੁਛ ਕਰਨਾ ਪਿਆ ਅਸੀਂ ਜ਼ਰੂਰ ਕਰਾਂਗੇ। ਇਸ ਦੇ ਨਾਲ ਹੀ ਵਰਕਰਾਂ ਨਾਲ ਮੁਲਾਕਾਤ ਕਰਨ ਪਹੁੰਚੇ ਪਰਮਿੰਦਰ ਢੀਂਡਸਾ ਨੇ ਅਸਤੀਫੇ ਦਾ ਕਾਰਨ ਵੀ ਦੱਸਿਆ। ਮੈਂ ਸੱਚੀ ਤੁਹਾਨੂੰ ਦੱਸਾਂ, ਦੁਚਿੱਤੀ ਦੇ ਵਿੱਚ ਸੀਗਾ। ਮੈਂ ਢੀਂਡਸਾ ਨੂੰ ਕਿਹਾ, ਕਿਉਂਕਿ ਗੱਲ ਚੱਲਦੀ ਰਹਿੰਦੀ ਸੀ, ਉਹ ਇਸ ਗੱਲ ਤੋਂ ਹਮੇਸ਼ਾ ਪਾਰਟੀ ਦੇ ਵਿੱਚ ਜੋ ਹੋ ਰਿਹਾ ਸੀ ਉਸ ਤੋਂ ਖਫਾ ਚੱਲਦੇ ਸੀ। ਉਹਨਾਂ ਨੇ ਪਾਰਟੀ ਦੇ ਵਿੱਚ ਗੱਲ ਵੀ ਕੀਤੀ, ਜਦ ਉਹਨੇ ਕਦਮ ਚੱਕਿਆ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਹਾਨੂੰ ਕੀ ਲੋੜ ਸੀ ਜਦ ਹੋਰ ਕੋਈ ਪਾਰਟੀ ਦੇ ਵਿੱਚ ਇਹ ਗੱਲ ਕਰਨ ਨੂੰ ਤਿਆਰ ਨਹੀਂ। ਕਹਿੰਦੇ ਮੰਨਦੇ ਤਾਂ ਸਾਰੇ ਆ ਪਰ ਕੋਈ ਗੱਲ ਨਹੀਂ ਕਰਦਾ। ਮੈਂ ਕਿਹਾ ਫਿਰ ਤੁਸੀਂ ਕਹਿੰਦੇ ਨਹੀਂ ਮੈਂ ਨਹੀਂ ਰਹਿ ਸਕਦਾ, ਮੈਂ ਇੰਨਾ ਚਿਰ ਪਾਰਟੀ ਦੇ ਵਿੱਚ ਰਿਹਾ, ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਵੀ ਮੈਂ ਇਸ ਤਰੀਕੇ ਦੇ ਨਾਲ ਚੁੱਪ ਬੈਠਾ ਰਹਾਂ ਅਤੇ ਪਾਰਟੀ ਕਮਜ਼ੋਰ ਹੋਈ ਜਾਵੇ। ਸੋ ਮੈਂ ਤੁਹਾਨੂੰ ਜਿਵੇਂ ਤੁਹਾਨੂੰ ਦੱਸਿਆ, ਉਹਨਾਂ ਨੂੰ ਜਦ ਇਹ ਗੱਲ ਕੀਤੀ ਉਹਨਾਂ ਨੇ ਮੈਨੂੰ ਵੀ ਕਿਹਾ, ਕਿਉਂਕਿ ਫਿਰ ਕਈ ਦਿਨ ਉਹਨਾਂ ਨੇ ਆ ਕਹਿੰਦੇ ਨੇ ਜੀ ਪਰਮਿੰਦਰ ਤੇ ਦਬਾਅ ਪਾਇਆ, ਕੋਈ ਦਬਾਅ ਨਹੀਂ, ਮੇਰੀ ਉਹਨਾਂ ਨਾਲ ਚਰਚਾ ਹੁੰਦੀ ਸੀ, ਉਹ ਮੇਰੇ ਨਾਲ ਕਰਦੇ ਸੀ। ਤੇ ਇੱਕੋ ਹੀ ਗੱਲ ਜਿਹੜੀ ਸਭ ਤੋਂ ਵੱਡੀ ਸੀ, ਉਹਨੇ ਕਿਹਾ ਵੀ ਆਪਾਂ ਜਿਹੜੀ ਸਿਆਸਤ ਹੈ ਉਹ ਇੱਜ਼ਤ ਵਾਸਤੇ ਕਰਦੇ ਹਾਂ, ਆਪਾਂ ਜੇ ਸਿਆਸਤ 'ਚ ਤੁਸੀਂ ਸਰਪੰਚ ਹੋ, ਪੰਚ ਹੋ, ਕੋਈ ਵੀ ਕਿਤੇ ਜ਼ਿੰਮੇਵਾਰੀ ਕਰ ਰਿਹਾ, ਕਿਸ ਵਾਸਤੇ ਕਰਦੇ ਆ ਵੀ ਇੱਜ਼ਤ? ਕਹਿੰਦੇ ਸਿਆਸਤ ਵਾਸਤੇ ਇੱਜ਼ਤ ਦਾ ਤੇ ਨਹੀਂ ਲਾਉਣੀ, ਸਿਆਸਤ ਇੱਜ਼ਤ ਵਾਸਤੇ ਕਰਨੀ ਹੈ। ਇਹ ਚੀਜ਼ ਪਹਿਲੀ ਤੋਂ ਪੱਲੇ ਮੰਨਣਾ, ਇਹ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਲ ਜਾ ਕੇ ਕਹਿਣਾ ਵੀ ਇਹ ਗੱਲ ਹੈ। ਤੇ ਮੈਨੂੰ ਕਹਿੰਦੇ ਤੂੰ 5 ਵਾਰੀ MLA ਬਣ ਗਿਆ, 2 ਵਾਰੀ ਮੰਤਰੀ ਰਹਿ ਗਿਆ, ਹੋਰ ਤੂੰ ਕੀ ਭਾਲਦਾ? ਤੇਰਾ ਕੁਛ ਪਰਮਾਤਮਾ ਨੇ ਦਿੱਤਾ, ਪਰ ਜਿਹੜੀ ਆਪਦੀ ਜ਼ਮੀਰ ਤੇ ਕਦੇ ਜਿਹੜਾ ਹੈ ਇਸ ਫੈਸਲਾ ਨਹੀਂ ਕਰਨਾ। ਦੱਸਦੀ ਕਿ ਬੀਤੇ ਦਿਨ ਹੀ ਪਰਮਿੰਦਰ ਢੀਂਡਸਾ ਨੇ ਵਿਧਾਨ ਸਭਾ 'ਚ ਅਕਾਲੀ ਦਲ ਦੇ ਵਿਧਾਇਕ ਦਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੰਗਰੂਰ ਤੋਂ ਸਚਿਨ ਤੰਜਸ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ। ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ: ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।